ਰਾਵਣ ਤੇ ਸੰਤ ਭਿੰਡਰਾਂ ਵਾਲੇ ਸੰਸਾਰਕ ਸਮੇਂ ਵਿੱਚ ਭਾਵੇਂ ਹਜ਼ਾਰਾਂ ਸਾਲਾਂ ਦਾ ਅੰਤਰ ਹੈ, ਪਰ ਫਿਰ ਵੀ ਇਹ ਦੋਵੇਂ ਇਤਿਹਾਸ ਦੇ ਵਰਕਿਆਂ 'ਚ ਇੱਕ ਇਹੋ ਜਿਹੀ ਖੱਬੇ ਪੱਖੀ ਧਿਰ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਕਿ ਇਹਨਾਂ ਦੋਵਾਂ ਦੇ ਆਪਣਿਆਂ ਨੇ ਹੀ ਇਹਨਾਂ ਨੂੰ ਭੰਡਣਾ ਸ਼ੁਰੂ ਕਰਤਾ। ਅੰਗਰੇਜ਼ੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ, ਅੰਟਿਲ ਦਾ ਲਾਇਨ ਹੈਜ਼ ਏ ਹਿਸਟੋਰੀਅਨ, ਦਾ ਹਿਸਟੋਰੀ ਵਿਲ ਗਲੋਰੀਫਾਈ ਦਾ ਹੰਟਰ। ਸ਼ੇਰ ਬਹਾਦਰ ਹੁੰਦਾ ਹੈ, ਉਹਦਾ ਸ਼ਿਕਾਰ ਹਮੇਸ਼ਾ ਚਲਾਕੀ ਦੇ ਮਕਾਰੀ ਨਾਲ ਹੀ ਕੀਤਾ ਜਾਂਦਾ ਹੈ, ਪਰ ਫਿਰ ਵੀ ਇਤਿਹਾਸ ਵਿੱਚ ਸਿਫਤਾਂ ਹਮੇਸ਼ਾ ਸ਼ਿਕਾਰੀ ਦੀਆਂ ਹੀ ਮਿਲਦੀਆਂ ਹਨ, ਭਾਵੇਂ ਉਹ ਕੋਰੇ ਝੂਠ ਹੀ ਕਿਉਂ ਨਾ ਹੋਣ। ਤੇ ਜੇ ਸ਼ੇਰ ਨੇ ਅਸਲੀਅਤ ਦੁਨੀਆਂ ਦੇ ਸਾਹਮਣੇ ਲਿਆਉਣੀ ਹੈ ਤਾਂ ਉਸਨੂੰ ਖੁਦ ਇਤਿਹਾਸ ਲਿਖਣਾ ਲਿਖਾਉਣਾ ਪਊਗਾ। ਤੇ ਸਾਡੀ ਸਿੱਖ ਕੌਮ ਦੇ ਇਤਿਹਾਸ 'ਚ ਅੱਜ ਜੋ ਇੰਨੇ ਵਿਗਾੜ ਪੈ ਚੁੱਕੇ ਹਨ, ਉਹਦਾ ਵੀ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਦੀਆਂ ਤੋਂ ਔਕੜਾਂ ਸਹਿੰਦਿਆਂ ਹੋਇਆਂ ਸਾਡੇ ਵੱਡੇ ਵਡੇਰਿਆਂ ਨੂੰ ਕਦੀ ਇਤਿਹਾਸ ਲਿਖਣ ਦਾ ਮੌਕਾ ਹੀ ਨਹੀਂ ਮਿਲਿਆ। ਸਾਡਾ ਸਾਰਾ ਇਤਿਹਾਸ ਅਸੀਂ ਆਪਣੇ ਦੁਸ਼ਮਣਾਂ ਦੀਆਂ ਲਿਖਤਾਂ 'ਚੋਂ ਲੈ ਕੇ ਐਡਿਟ ਕੀਤਾ ਹੈ। ਤੇ ਖਾਸ ਕਰਕੇ ਜੇ ਗੱਲ ਕਰੀਏ ਸੰਤ ਭਿੰਡਰਾਂਵਾਲਾ ਦੀ, ਤਾਂ ਸਿੱਖ ਇਤਿਹਾਸ ਦੀ ਸ਼ਾਇਦ ਹੀ ਕੋਈ ਇੱਦਾਂ ਦੀ ਸ਼ਖਸੀਅਤ ਹੋਊਗੀ ਜਿਨ੍ਹਾਂ ਦੇ ਕਿਰਦਾਰ ਨੂੰ ਵਿਗਾੜਨ ਦੀਆਂ ਇੰਨੇ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹੋਣ। ਉਹ ਜਰਨੈਲ ਜਿਹਨੇ ਆਪਣੀ ਲੀਡਰਸ਼ਿਪ ਤੇ ਗੁਰੂ ਸਾਹਿਬ ਦੇ ਪ੍ਰਤੀ ਆਪਣੇ ਸਮਰਪਣ ਦੇ ਦਮ ਤੇ ਚਮਕੌਰ ਦੀ ਗੜੀ ਦੇ ਇਤਿਹਾਸ ਨੂੰ ਇੱਕ ਵਾਰ ਫੇਰ ਸਿਰਜ ਕੇ ਰੱਖ ਦਿੱਤਾ ਸੀ। ਆਖਿਰ ਕਿਸ ਤਰ੍ਹਾਂ ਦੁਸ਼ਮਣ ਧਿਰ ਨੇ ਸਾਡੀ ਸੋਚ ਬਦਲੀ ਤੇ ਕੌਮ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸੂਰਮੇ ਨੂੰ ਇੱਕ ਅੱਤਵਾਦੀ ਬਣਾ ਕੇ ਰੱਖਤਾ। ਜਾਣਾਂਗੇ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ, ਪਰ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਕਿਸੇ ਵੀ ਕੌਮ ਨੂੰ ਖਤਮ ਕਰਨ ਦੇ ਮੁੱਖ ਦੋ ਤਰੀਕੇ ਹੁੰਦੇ ਹਨ। ਪਹਿਲਾ ਤਰੀਕਾ ਜੋ ਮੁਗਲਾਂ ਨੇ ਵਰਤਿਆ, ਮੁਗਲ ਫਿਨੋਮਿਨਾ, ਯਾਨੀ ਕਿ ਤਲਵਾਰ ਦੇ ਜ਼ੋਰ ਨਾਲ ਕਿਸੇ ਦੇ ਧਰਮ ਦਾ ਨੁਕਸਾਨ ਕਰਨਾ। ਪਰ ਤਲਵਾਰ ਦੇ ਜ਼ੋਰ ਨਾਲ ਕਿਸੇ ਬੰਦੇ ਦਾ ਭੇਸ ਤਾਂ ਬਦਲਿਆ ਜਾ ਸਕਦਾ ਹੈ, ਪਰ ਉਹਦੀਆਂ ਭਾਵਨਾਵਾਂ ਨਹੀਂ। ਇਸ ਲਈ ਦੂਸਰੇ ਤਰੀਕੇ ਨੂੰ ਕਿਤੇ ਵੱਧ ਕਾਰਗਰ ਮੰਨਿਆ ਜਾਂਦਾ ਹੈ, ਜਿੱਥੇ ਪਹਿਲਾਂ ਅੰਦਰੋਂ ਭਾਵਨਾਵਾਂ ਬਦਲਦੀਆਂ ਹਨ ਤੇ ਜਦੋਂ ਭਾਵਨਾਵਾਂ ਹੀ ਬਦਲ ਗਈਆਂ ਫਿਰ ਭੇਸ ਬਦਲਣਾ ਤਾਂ ਕੋਈ ਵੱਡੀ ਗੱਲ ਹੀ ਨਹੀਂ ਰਹਿ ਜਾਂਦੀ। ਇਹ ਦੂਜਾ ਤਰੀਕਾ ਹੈ ਬ੍ਰਹਮਨੈਸਟਿਕ ਫਿਨੋਮਿਨਾ, ਯਾਨੀ ਕਿ ਬ੍ਰਾਹਮਣਵਾਦੀ ਤਰੀਕਾ। ਪਰ ਇਸ ਬ੍ਰਾਹਮਣਵਾਦੀ ਫਿਨੋਮਿਨਾ ਦੀ ਖਾਸ ਗੱਲ ਇਹ ਹੈ ਕਿ ਇਸ ਦੀ ਵਰਤੋਂ ਕਰਨ ਵਾਲੇ ਸਾਹਮਣੇ ਡਾਇਰੈਕਟ ਹਮਲਾ ਕਰਨ ਦੇ ਨਾਲ ਨਾਲ ਵਿਪੱਖੀ ਧਿਰ ਦਾ ਆਪਣੇ ਧਰਮ ਤੋਂ ਮੋਹ ਭੰਗ ਕਰਨ ਲਈ ਉਹਦੇ ਨਾਇਕਾਂ ਨੂੰ ਖਲਨਾਇਕ ਤੇ ਖਲਨਾਇਕਾਂ ਨੂੰ ਨਾਇਕ ਬਣਾਉਣ ਦੀ ਕਲਾਕਾਰੀ ਵਿੱਚ ਵੀ ਪੂਰੀ ਤਰ੍ਹਾਂ ਮਾਹਰ ਹੁੰਦੇ ਹਨ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਜਦੋਂ ਪਹਿਲੀ ਵਾਰ ਮਹਾਰਿਸ਼ੀ ਵਾਲਮੀਕਿ ਨੇ ਰਮਾਇਣ ਲਿਖੀ ਤਾਂ ਉਹਨਾਂ ਰਾਮ ਨੂੰ ਬਸ ਇੱਕ ਇਨਸਾਫ ਪਸੰਦ ਤੇ ਅਸੂਲਾਂ ਦੇ ਪੱਕੇ ਰਾਜੇ ਦੇ ਰੂਪ ਵਿੱਚ ਪੇਸ਼ ਕੀਤਾ। ਪਰ ਜਦੋਂ ਕਾਸ਼ੀ ਬਨਾਰਸ ਦੇ ਬ੍ਰਹਮਨੈਸਟਿਕ ਸਕੂਲ ਆਫ ਥੋਟਸ ਦਾ ਲਿਖਾਰੀ ਤੁਲਸੀਦਾਸ ਕਲਮ ਚੱਕਦਾ ਹੈ ਤਾਂ ਉਹ ਰਾਮਚਰਿਤ ਮਾਨਸ ਵਿੱਚ ਰਾਮ ਨੂੰ ਅਕਾਲ ਬੋਧਕ ਕਹਿ ਕੇ ਸੰਬੋਧਿਤ ਕਰਦਾ ਹੈ। ਤੇ ਠੀਕ ਇਹਦੇ ਨਾਲ ਨਾਲ ਦੂਜੇ ਪਾਸੇ ਰਾਵਣ ਨੂੰ ਰਾਕਸ਼ਸ, ਹੰਕਾਰੀ ਤੇ ਜ਼ਾਲਮ ਰਾਜੇ ਦੇ ਰੂਪ ਵਿੱਚ ਪੇਸ਼ ਕਰਕੇ ਤੇ ਕਈ ਹਜ਼ਾਰ ਸਾਲਾਂ ਤੱਕ ਉਹਦੇ ਪੁਤਲੇ ਸਾੜ ਕੇ ਤੇ ਹੋਰ ਵੱਖ ਵੱਖ ਤਰੀਕਿਆਂ ਨਾਲ ਉਹਦੀ ਸ਼ਖਸੀਅਤ ਨੂੰ ਭੰਡਿਆ ਜਾਂਦਾ ਹੈ, ਜਿਸ ਨਾਲ ਫਿਰ ਹੌਲੀ ਹੌਲੀ ਜਨਤਾ ਦੇ ਮਨ ਵਿੱਚ ਰਾਮ ਦੀ ਇੱਕ ਮਹਾਨਾਇਕ ਤੇ ਰਾਵਣ ਦੀ ਇੱਕ ਦੁਸ਼ਟ ਖਲਨਾਇਕ ਦੀ ਛਵੀ ਉਸਾਰ ਦਿੱਤੀ ਜਾਂਦੀ ਹੈ। ਪਰ ਇੰਨੇ ਲੰਮੇ ਸਮੇਂ ਤੱਕ ਹੋ ਰਹੀ ਰਾਵਣ ਦੀ ਨਿੰਦਾ ਕਾਰਨ ਦੱਖਣੀ ਵਿਦਵਾਨਾਂ ਦੇ ਮਨ ਵਿੱਚ ਇੱਕ ਚੇਤਨਤਾ ਜਨਮ ਲੈਂਦੀ ਹੈ ਤੇ ਫਿਰ ਜਦੋਂ ਉਹ ਰਾਵਣ ਦੇ ਜੀਵਨ ਤੇ ਉਹਦੀ ਰਾਜ ਪ੍ਰਣਾਲੀ ਤੇ ਖੋਜਾਂ ਕਰਦੇ ਹਨ ਤਾਂ ਰਿਜ਼ਲਟ ਦੇ ਰੂਪ ਵਿੱਚ ਕਿਤਾਬਾਂ ਲਿਖੀਆਂ ਜਾਂਦੀਆਂ ਹਨ, ਮਹਾਤਮਾ ਰਾਵਣ, ਲੇਬਲ ਆਫ ਰਾਮਾ, ਲੰਕੇਸ਼ਵਰ ਤੇ ਬੈਸਟ ਸੈਲਿੰਗ ਬੁੱਕ ਅਸੁਰਾ, ਜਿਨ੍ਹਾਂ ਤੋਂ ਫਿਰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਰਾਵਣ ਦੀ ਸ਼ਖਸੀਅਤ ਨੂੰ ਸਾਜ਼ਿਸ਼ੀ ਢੰਗ ਨਾਲ ਬਦਲ ਦਿੱਤਾ ਗਿਆ। ਉਹਦੇ ਵਰਗਾ ਵਿਦਵਾਨ, ਯੋਧਾ, ਤਪਸਵੀ ਤੇ ਦਾਨੀ ਤਾਂ ਸ਼ਾਇਦ ਹੀ ਦੁਨੀਆਂ ਤੇ ਕੋਈ ਦੂਸਰਾ ਹੋਇਆ ਹੋਣਾ। ਇੱਥੋਂ ਤੱਕ ਕਿ ਬਹੁਤ ਸਾਰੇ ਪੱਖਾਂ ਵਿੱਚ ਤਾਂ ਉਹ ਰਾਮ ਤੋਂ ਵੀ ਕਿਤੇ ਵੱਧ ਨਿਪੁੰਨ ਸੀ। ਰਾਵਣ ਔਰਤਾਂ ਦੀ ਇੱਜ਼ਤ ਕਰਦਾ ਸੀ, ਆਪਣੀ ਭੈਣ ਦੀ ਬੇਅਦਬੀ ਦਾ ਬਦਲਾ ਲੈਣ ਲਈ ਉਹ ਸੀਤਾ ਦਾ ਹਰਨ ਤਾਂ ਕਰਦਾ ਹੈ,
ਪਰ ਉਸ ਨਾਲ ਜ਼ਬਰਦਸਤੀ ਨਹੀਂ ਕਰਦਾ, ਉਸ ਦੀ ਇੱਜ਼ਤ ਤੇ ਆਂਚ ਤੱਕ ਨਹੀਂ ਆਉਣ ਦਿੰਦਾ। ਹਾਲਾਂਕਿ ਸੀਤਾ ਵੀ ਸਿਰਫ ਤੇ ਸਿਰਫ ਆਪਣੇ ਪਤੀ ਨੂੰ ਹੀ ਸਮਰਪਿਤ ਸੀ। ਪਰ ਜੇ ਰਾਵਣ ਦੀ ਹੀ ਨੀਤ ਬੇਈਮਾਨ ਹੋ ਜਾਂਦੀ ਤਾਂ ਸੀਤਾ ਅਗਨੀ ਪ੍ਰੀਖਿਆ ਕਿਵੇਂ ਪਾਸ ਕਰ ਸਕਦੀ ਸੀ? ਤੇ ਹਜ਼ਾਰਾਂ ਸਾਲਾਂ ਬਾਅਦ ਅੱਜ ਸਾਨੂੰ ਵੀ ਬਿਲਕੁਲ ਇਸੇ ਤਰੀਕੇ ਨਾਲ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 84 ਚ ਹੋਏ ਜਨਤਕ ਕਤਲੇਆਮ ਦੀ ਖਲਨਾਇਕਾ ਇੰਦਰਾ ਗਾਂਧੀ ਨੂੰ RSS ਆਪਣੀ ਮੈਗਜ਼ੀਨ ਵਿੱਚ ਦੇਵੀ ਦੁਰਗਾ ਕਹਿ ਕੇ ਸੰਬੋਧਿਤ ਕਰਦਾ ਹੈ। ਬੇਸ਼ੱਕ RSS, BJP, ਕਾਂਗਰਸ ਤੇ ਸ਼ਿਵ ਸੈਨਾ ਰਾਜਨੀਤਿਕ ਤੌਰ ਤੇ ਸਾਰੀਆਂ ਵੱਖ ਵੱਖ ਧਿਰਾਂ ਹਨ, ਪਰ ਹਿੰਦੂਤਵ ਦੇ ਨਾਮ ਤੇ ਸਾਰੇ ਇਕਮਤ ਹੋ ਜਾਂਦੇ ਹਨ। ਉਸ ਸਮੇਂ ਆਪਸੀ ਸਾਰੇ ਵੱਖਵਾਦ ਇਗਨੋਰ ਕਰ ਦਿੱਤੇ ਜਾਂਦੇ ਹਨ। ਉਦੋਂ ਪਿਆਜ਼ ਲਸਣ ਖਾਣ ਵਾਲਾ ਵੀ ਹਿੰਦੂ ਹੁੰਦਾ ਹੈ ਤੇ ਬੱਕਰੇ ਦੀ ਬਲੀ ਦੇਣ ਵਾਲਾ ਵੀ ਹਿੰਦੂ ਹੁੰਦਾ ਹੈ। ਜਦਕਿ ਅਸੀਂ ਇਕਮਤ ਹੋਣ ਲੱਗਿਆਂ ਇੱਕ ਦੂਜੇ ਨੂੰ ਸਵਾਲ ਕਰਦੇ ਹਾਂ ਕਿ ਨਿਤਨੇਮ ਦੀਆਂ 5 ਬਾਣੀਆਂ ਪੜ੍ਹਦੇ ਹੋ ਜਾਂ 7, ਦਸਮ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਜਾਂ ਨਹੀਂ, ਇੱਥੋਂ ਤੱਕ ਕਿ ਕਈ ਵਾਰ ਤਾਂ ਇਹ ਸਵਾਲ ਵੀ ਪੁੱਛ ਲਿਆ ਜਾਂਦਾ ਹੈ ਕਿ ਅੰਮ੍ਰਿਤ ਕਿਹੜਾ ਛਕਿਆ ਤੁਸੀਂ? ਸਾਡੀ ਕੌਮ ਵਿੱਚ ਸਮੂਹਿਕ ਚੇਤਨਤਾ ਦੀ ਕਮੀ ਸਾਫ਼ ਦੇਖਣ ਨੂੰ ਮਿਲਦੀ ਹੈ। ਇੰਦਰਾ ਗਾਂਧੀ ਨੂੰ ਨਾਇਕ ਬਣਾਉਣ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਵੀ ਖਲਨਾਇਕ ਬਣਾਉਣ ਦੀ ਪ੍ਰਕਿਰਿਆ ਉਸ ਤੋਂ ਵੀ ਵੱਧ ਜ਼ੋਰ ਸ਼ੋਰ ਨਾਲ ਸ਼ੁਰੂ ਹੁੰਦੀ ਹੈ। ਸਟੇਟ ਸਪੌਂਸਰ ਕਿਤਾਬਾਂ ਵਿੱਚ ਉਹਨਾਂ ਦਾ ਰੂਪ ਬਦਲਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੂੰ ਵੀ ਪਿੱਛੇ ਪਿੱਛੇ ਉਸੇ ਰਾਹ ਤੇ ਹੀ ਤੋਰ ਦਿੱਤਾ ਜਾਂਦਾ ਹੈ। ਪੰਜਾਬ ਦੇ ਹੱਕ ਦੀਆਂ ਮੰਗਾਂ ਨੂੰ ਫਿਰਕਾ ਪ੍ਰਸਤੀ ਦਾ ਲੇਬਲ ਲਾ ਕੇ ਪੇਸ਼ ਕੀਤਾ ਜਾਂਦਾ ਹੈ। ਆਪਣੀ ਆਟੋਬਾਇਓਗ੍ਰਾਫੀ ਵਿੱਚ ਅਡਵਾਨੀ ਸੰਤ ਜੀ ਨੂੰ ਮਹਿਸ਼ਾਸੁਰ ਰਾਕਸ਼ਸ ਕਹਿ ਕੇ ਸੰਬੋਧਿਤ ਕਰਦਾ ਹੈ ਤੇ ਨਾਇਕ ਨੂੰ ਖਲਨਾਇਕ ਬਣਾਉਣ ਦੀ ਇਸ ਪ੍ਰਵਿਰਤੀ ਨੂੰ ਇੰਨੇ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਆਮ ਜਨਤਾ ਜਿਹੜੀ ਸੋਚਦੀ ਹੈ ਕਿ ਕਿਤਾਬਾਂ 'ਚ ਲਿਖਿਆ ਤੇ ਖਬਰਾਂ 'ਚ ਦਿਖਾਇਆ ਗਿਆ ਝੂਠ ਥੋੜੀ ਹੋ ਸਕਦਾ ਹੈ। ਤੇ ਸਾਡੇ ਸਿੱਖ ਲੋਕ ਵੀ ਇਸ ਜ਼ੋਰਦਾਰ ਤਰੀਕੇ ਨਾਲ ਕੀਤੇ ਗਏ ਭੰਡੀ ਪ੍ਰਚਾਰ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਉਹਨਾਂ ਆਪਣੇ ਹੱਕਾਂ ਲਈ ਜੂਝਣ ਵਾਲੇ ਸੂਰਮੇ ਨੂੰ ਹੀ ਆਪਣਾ ਦੁਸ਼ਮਣ ਮੰਨ ਲਿਆ। ਇੱਥੇ ਇੱਕ ਹੋਰ ਜ਼ਰੂਰੀ ਗੱਲ ਜੋ ਮੈਨੂੰ ਯਾਦ ਆਈ ਕਿ ਜ਼ਿਆਦਾਤਰ ਸਿੱਖ ਜਿਹੜੇ 84 ਦੇ ਹਮਲੇ ਵਿੱਚ ਸਰਕਾਰ ਦੀ ਵਕਾਲਤ ਕਰਦੇ ਹਨ, ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਚਲੋ ਪਾਣੀ ਦੀ ਮੰਗ ਠੀਕ ਸੀ, ਚੰਡੀਗੜ੍ਹ ਵੀ ਪੰਜਾਬ ਦਾ ਹੀ ਹੋਣਾ ਚਾਹੀਦਾ ਹੈ, ਮੰਗਾਂ ਸਾਰੀਆਂ ਠੀਕ ਸਨ। ਪਰ ਜਿਸ ਜਗ੍ਹਾ 'ਤੇ ਸੰਗਤ ਰੱਬ ਨੂੰ ਮਿਲਣ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਜਾਂਦੀ ਹੈ ਉਸ ਜਗ੍ਹਾ 'ਤੇ ਹਥਿਆਰ ਲਿਜਾਣਾ ਬਿਲਕੁਲ ਗਲਤ ਸੀ। ਪਰ ਮੈਨੂੰ ਲੱਗਦਾ ਹੈ ਕਿ ਫਿਰ ਉਹਨਾਂ ਨੇ ਸਿੱਖ ਹੋਣ ਦੇ ਬਾਵਜੂਦ ਸਿੱਖ ਧਰਮ ਦੇ ਬੇਸਿਕ ਰੂਲਸ ਨੂੰ ਹੀ ਨਹੀਂ ਕਦੀ ਸਮਝਿਆ। ਹਥਿਆਰ ਰੱਖਣਾ ਤਾਂ ਸਾਡੀ ਕੌਮ ਦੀ ਮਰਿਆਦਾ ਦੇ ਸਭ ਤੋਂ ਪਹਿਲੇ ਹੁਕਮਾਂ 'ਚੋਂ ਇੱਕ ਹੈ। ਇਹ ਤਾਂ ਸਾਡੇ 5 ਕਕਾਰਾਂ 'ਚ ਸ਼ਾਮਲ ਹੈ ਜੋ ਆਖਰੀ ਸਾਹ ਤੱਕ ਸਾਡੇ ਨਾਲ ਜਾਂਦੇ ਹਨ ਤੇ ਇਹ ਕੋਈ ਜਨੇਊ ਦੀ ਤਰ੍ਹਾਂ ਬਸ ਗਲ 'ਚ ਲਮਕਾਈ ਰੱਖਣ ਵਾਲਾ ਕਰਮ ਕਾਂਡ ਨਹੀਂ ਹੈ। ਸ਼ਸਤਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਵਰਤੋਂ ਲਈ ਰੱਖਿਆ ਜਾਂਦਾ ਹੈ ਤੇ ਜਿਸ ਤਰ੍ਹਾਂ ਸਮੇਂ ਦੇ ਹਿਸਾਬ ਨਾਲ ਦੁਸ਼ਮਣ ਦੇ ਹਥਿਆਰ ਅਪਡੇਟ ਹੋਏ ਹਨ, ਸਾਨੂੰ ਵੀ ਤਾਂ ਹੋਣਾ ਹੀ ਪੈਣਾ ਸੀ। ਹੁਣ ਤੋਪਾਂ ਦੇ ਟੈਂਕਾਂ ਦਾ ਮੁਕਾਬਲਾ ਤੀਰਾਂ ਤੇ ਨੇਜਿਆਂ ਨਾਲ ਤਾਂ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਸਿੱਖ ਮਰਿਆਦਾ ਵਿੱਚ ਧਰਮ ਤੇ ਰਾਜਨੀਤੀ ਦੋਵਾਂ ਦਾ ਕੇਂਦਰ ਹੀ ਗੁਰੂ ਘਰ ਨੂੰ ਮੰਨਿਆ ਜਾਂਦਾ ਹੈ ਤੇ ਕਿਸੇ ਵੀ ਰਾਜ ਨੂੰ ਚੁਣੌਤੀ ਆਪਣੇ ਰਾਜ ਦੇ ਤਖ਼ਤ ਦੇ ਕੇਂਦਰ ਤੋਂ ਹੀ ਦਿੱਤੀ ਜਾ ਸਕਦੀ ਹੈ। ਇਸੇ ਲਈ ਹੀ ਸੰਤਾਂ ਨੇ ਸਰਕਾਰ ਦੇ ਜ਼ਾਲਮ ਰਾਜ ਨੂੰ ਵੰਗਾਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣਿਆ। ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਸਿਰਫ ਇੱਕੋ ਧਿਰ ਜ਼ੋਰਦਾਰ ਤਰੀਕੇ ਨਾਲ ਸੰਤਾਂ ਦਾ ਵਿਰੋਧ ਕਰ ਰਹੀ ਹੈ, ਉਸਨੇ ਸਿੱਖਾਂ ਦੇ ਮਨ ਵਿੱਚ ਵੀ ਇੱਕ ਚੇਤਨਤਾ ਨੂੰ ਜਨਮ ਦਿੱਤਾ ਹੈ। ਉਹ ਗੱਲ ਅੱਡ ਹੈ ਕਿ ਇਹ ਚੇਤਨਤਾ ਹਜੇ ਬਸ ਨਾਅਰੇਬਾਜ਼ੀਆਂ ਤੇ ਜ਼ੁਬਾਨੀ ਜੰਗ ਤੱਕ ਹੀ ਸੀਮਤ ਹੈ। ਹਜੇ ਤੱਕ ਰਾਵਣ ਦੀ ਤਰ੍ਹਾਂ ਸਿੱਖਾਂ ਨੇ ਸੰਤਾਂ ਦੇ ਜੀਵਨ ਦਾ ਬਹੁਪੱਖੀ ਚਿੰਤਨ ਨਹੀਂ ਕੀਤਾ। ਆਸ਼ਾ ਕਰਦੇ ਹਾਂ ਕਿ ਸਿੱਖ ਇਤਿਹਾਸਕਾਰ ਛੇਤੀ ਹੀ ਇਸ ਪਾਸੇ ਵੀ ਧਿਆਨ ਦੇਣਗੇ ਤਾਂ ਜੋ ਹੋਰ ਨਹੀਂ ਤਾਂ ਘੱਟੋ ਘੱਟ ਸਾਡੀ ਆਪਣੀ ਕੌਮ ਦੀ ਤਾਂ ਨਵੀਂ ਪੀੜ੍ਹੀ ਸੰਤਾਂ ਦੇ ਸੱਚੇ ਸੁੱਚੇ ਤੇ ਮਹਾਨ ਕਿਰਦਾਰ ਨੂੰ ਪਛਾਣ ਸਕੇ। ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਤਾਂ ਤੁਸੀਂ ਕਰ ਹੀ ਦਿੱਤਾ ਹੋਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।